असीं धन्नवादी हाँ जथेदार संत बाबा निहाल सिंह जी मुखी तरना दल हरियां वेलां जिन्हां दे आशीर्वाद नाल इह प्रोग्राम तुहाडे तक पहुँचाया जा रहा है। धन धन साहिब सतगुरु श्री गुरु हर राय साहिब जी महाराज जी के प्रकाश गुरपुरब के महान गुरमत समागम ते जोड़ मेला 31 जनवरी दिन ऐतवार नूं इतिहासिक गुरद्वारा हरियां वेलां पातशाही सतमी विखे बड़ी श्रद्धा ते सत्कार सहित मनाया गया। इस तो पहला 29 जनवरी नूं गुरद्वारा साहिब तो महान नगर कीर्तन सजाया गया। मिसल शहीदां तरना दल हरियां वेलां दे मौजूदा मुखी जिंदा शहीद जथेदार संत बाबा निहाल सिंह जी ते माता यशपाल कौर जी की देख रेख हेठां सजाए गए इस नगर कीर्तन विच हजारां दी तादाद च संगतां ने हाजरी भरी। इतिहासिक गुरद्वारा साहिब हरियां वेलां पातशाही सतमी विखे श्री गुरु ग्रंथ साहिब नूं फुल्लां नाल सजी हुई बस च सुशोभित किया गया। जयकारियां दी गूंज च इह नगर कीर्तन रवाना होया। नगर कीर्तन की अगवाई पंज प्यारियां ने कीती। नगर कीर्तन च सब तो मूहरे बैंड पार्टियां ते गतका पार्टियां अपने जौहर दिखा रही सन।
जिस पिंड च भी नगर कीर्तन ने पड़ा किया उत्थे पिंड दियां सभा सोसाइटियां ते पिंड वासियां ने नगर कीर्तन का भरवां स्वागत किया। थां थां ते नगर कीर्तन ते पालकी साहिब ते फुलां नाल वरखा भी कीती। नगर कीर्तन च विशेष सद्दे ते पहुंचे अंतरराष्ट्रीय गोल्ड मैडलिस्ट कविशर जथे ने, जिस विच कविशर मक्खण सिंह, गुरमेल सिंह मरहाणा, भुपिंदर सिंह, जोगिंदर सिंह ददेहर साहब शामिल सन ने गुरु इतिहास सरवण करा के संगतां नूं निहाल कीता। नगर कीर्तन विच भाग लैण वालियां संगतां लई थां थां ते वक्ख वक्ख वस्तां दे लंगर भी लगाए गए सन। ਇਹ ਨਗਰ ਕੀਰਤਨ ਪਿੰਡ ਜੱਗਰਾਂ, ਬੋਹਣਪੱਟੀ, ਬਜ਼ਰਾਵਰ, ਚੱਬੇਵਾਲ, ਮਹਿਣਾ ਤੇ ਜੱਟਪੁਰ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਪੁੱਜਾ। ਸਤਿਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਜੋ ਗੁਰਦੁਆਰਾ ਹਰੀਆਂ ਵੇਲਾ ਸਾਹਿਬ ਤੋਂ ਸਵੇਰ ਦਾ ਵਿਸ਼ਾਲ ਨਗਰ ਕੀਰਤਨ ਸਜਿਆ ਹੋਇਆ ਹੈ ਔਰ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਆ ਰਿਹਾ ਹੈ ਔਰ ਆਪਣੇ ਨਗਰ ਪੱਟੀ ਵਿਖੇ ਵੀ ਪਹੁੰਚ ਚੁੱਕਾ ਹੈ।
ਸ੍ਰੀ ਸਾਹਿਬ ਜੀ ਦੇ ਅਸਥਾਨ ਤੇ ਸੰਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੇ ਲੰਗਰ ਛਕ ਕੇ ਹੁਣ ਮਹਾਨ ਨਗਰ ਕੀਰਤਨ ਅੱਗੇ ਦੇ ਚਾਲੇ ਪਾ ਰਿਹਾ ਹੈ। ਸ੍ਰੀ ਅਕਾਲ ਸਤਿਕਾਰਯੋਗ ਸਾਧ ਸੰਗਤ ਜੀਓ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਜਿੰਦਾ ਸ਼ਹੀਦ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਆਪ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਇਸ ਮਹਾਨ ਨਗਰ ਕੀਰਤਨ ਅੰਦਰ ਸੇਵਾਵਾਂ ਕਮਾਈਆਂ ਨੇ, ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲ ਤੋਂ ਸਿੰਘ ਸਾਹਿਬ ਜੀ ਸਵੇਰ ਵੇਲੇ ਤੋਂ ਸਜਾਏ ਗਏ ਇਸ ਮਹਾਨ ਨਗਰ ਕੀਰਤਨ ਦੀ ਸਮਾਪਤੀ ਤਾਰਿਆਂ ਦੀ ਛਾਵੇਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹੋਈ। ਇਸ ਮੌਕੇ ਤੇ ਜਥੇਬੰਦੀ ਦੇ ਮੌਜੂਦਾ ਮੁਖੀ ਜਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਸੰਗਤਾਂ ਦਾ ਨਗਰ ਕੀਰਤਨ 'ਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ। ਜੋ ਮਹਾਨ ਨਗਰ ਕੀਰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਛਾਇਆ ਹੈ ਅੰਨਾ ਪਿਆਰਿਆਂ ਦੀ ਦੁਆਈ ਤੇ ਚੰਨ ਵੇਲੇ ਆਰੰਭ ਹੋਏ ਸਭ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ, ਸਤਿਗੁਰ ਸਾਹਿਬ ਸੰਪੂਰਨ ਹੋਏ ਹਨ। ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਰੋਗ ਕਰਕੇ ਕੋਟਾਨ ਕੋਟ ਸ਼ੁਕਰ ਹੈ, ਧੰਨਵਾਦ ਹੈ। ਅੱਜ ਪਿਆਰੇ ਸਿੰਘਾਂ ਦਾ, ਦਸ਼ਾਂਤੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਕਰਮਲ ਪਿਆਰੇ ਰਾਗੀ ਸਿੰਘਾਂ ਦਾ, ਕਮੀਸ਼ਨ ਸਿੰਘਾਂ ਦਾ, ਸੇਵਾਵਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਗੁਰਮੁਖ ਪਿਆਰੇ ਭਾਈ ਭਾਈ ਗੁਰਮੁਖ ਪਰਿਵਾਰ ਆਪਣੇ ਨਗਰਾਂ ਤੋਂ ਸਾਰੇ ਹੀ ਭੈਣਾਂ ਦਾ, ਵੀਰ ਬੱਚੇ ਬਜ਼ੁਰਗਾਂ ਦਾ, ਗੁਰੂ ਕੀ ਲਾਜ਼ਮੀ ਫੌਜ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਘੋੜਿਆਂ ਵਾਲੀ ਫੌਜ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ। ਬਾਜੇ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।